21 जून 2020 ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਤੇ ਇਸ ਬਾਰੇ ਜ਼ਰੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਨ ਲਈ ਅਸੀਂ ਹਾਜ਼ਰ ਹੋਏ ਹਾਂ। ਦੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਦੋਸਤੋ, ਚੰਡੀਗੜ੍ਹ ਦੇ ਡਾਕਟਰ ਆਈਪੀ ਸਿੰਘ ਜੋ ਕਿ ਆਈ ਸਪੈਸ਼ਲਿਸਟ ਨੇ ਯਾਨੀ ਕਿ ਅੱਖਾਂ ਦੇ ਮਾਹਰ ਡਾਕਟਰ, ਉਹਨਾਂ ਵੱਲੋਂ ਕੁਝ ਜ਼ਰੂਰੀ ਜਾਣਕਾਰੀ ਸੂਰਜ ਗ੍ਰਹਿਣ ਦੇ ਮੁਤਲਕ ਜਾਰੀ ਕੀਤੀ ਗਈ ਹੈ। ਉਹ ਜਾਣਕਾਰੀ ਜੋ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਲਈ, ਤੁਹਾਡੇ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ। ਜੇਕਰ ਥੋੜ੍ਹੀ ਜਿਹੀ ਵੀ ਅਣਗਹਿਲੀ ਅਸੀਂ ਕੀਤੀ ਤਾਂ ਹੋ ਸਕਦਾ ਹੈ ਕਿ ਸਾਨੂੰ ਉਮਰ ਭਰ ਦੇ ਲਈ ਪਛਤਾਉਣਾ ਪਏ। ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਗੌਰ ਦੇ ਨਾਲ ਜ਼ਰੂਰ ਦੇਖੋਗੇ। ਮੇਰਾ ਨਾਮ ਡਾਕਟਰ ਆਈਪੀ ਸਿੰਘ ਹੈ, ਮੈਂ ਆਪਥਲਮੋਲੋਜਿਸਟ ਹਾਂ ਫਰੋਮ ਚੰਡੀਗੜ੍ਹ। 21 ਕੋ ਸੂਰਜ ਗ੍ਰਹਿਣ ਲੱਗਣੇ ਵਾਲਾ ਹੈ, ਜਿਸ ਕੋ ਹਮ ਸੋਲਰ ਇਕਲਿਪਸ ਕੇ ਨਾਮ ਸੇ ਵੀ ਜਾਣਤੇ ਹੈ। ਦਿਸ ਇਨਫੋਰਮੇਸ਼ਨ ਇਜ਼ ਵੈਰੀ ਇੰਪੋਰਟੈਂਟ ਸਪੈਸ਼ਲੀ ਫੋਰ ਚਿਲਡਰਨ। ਆਪਕੋ ਕੋਸ਼ਿਸ਼ ਇਹ ਕਰਨੀ ਹੈ ਕਿ 21 ਕੋ ਬੱਚੋਂ ਕੋ ਬਾਹਰ ਨਾ ਜਾਣੇ ਦੇ, ਸੂਰਜ ਗ੍ਰਹਿਣ ਕਿਉਂ ਨਾ ਦੇਖਣੇ ਦੇ। ਉਸਕਾ ਇੱਕ ਕਾਰਨ ਹੈ, ਵੈਰੀ ਇੰਪੋਰਟੈਂਟ ਰੀਜ਼ਨ। ਸੂਰਜ ਗ੍ਰਹਿਣ ਹੋਤਾ ਕਿਆ ਹੈ ਕਿ ਬੇਸਿਕਲੀ ਦ ਮੂਨ ਇਜ਼ ਗੋਇੰਗ ਅਰਾਊਂਡ ਦ ਅਰਥ ਐਂਡ ਇਸ ਐਟ ਵਨ ਪੁਆਇੰਟ ਉਹ ਜੋ ਮੂਨ ਹੈ ਉਹ ਸਨ ਕੇ ਆਗੇ ਆ ਜਾਏਗਾ, ਜਿਸ ਕੀ ਵਜ੍ਹਾ ਸੇ ਸਨ ਪੂਰਾ ਨਹੀਂ ਦਿਖਾਈ ਦੇਗਾ, ਲੇਕਿਨ ਇਟ ਕੰਪਲੀਟਲੀ ਉਸਕੋ ਕਵਰ ਨਹੀਂ ਕਰੇਗਾ। ਸੋ ਦਿਸ ਇਜ਼ ਐਗਜੈਕਟਲੀ ਵਾਟ ਇਜ਼ ਗੋਇੰਗ ਟੂ ਹੈਪਨ ਕਿ ਇੱਕ ਛੋਟਾ ਸਾ ਲੇਅਰ ਸਨ ਕਾ ਉਸਕੇ ਆਸ ਪਾਸ ਰਹਿ ਜਾਏਗਾ। ਵਾਟ ਵਿਲ ਹੈਪਨ ਇਜ਼ ਕਿ ਇਹ ਜੋ ਰੇਡੀਏਸ਼ਨ ਅਬ ਸਨ ਕੀ ਨਿਕਲੇਗੀ, ਦੀਸ ਵਿਲ ਬੀ ਫੋਕਸਡ, ਦੀਸ ਵਿਲ ਬੀ ਵੈਰੀ ਵੈਰੀ ਸਟਰੋਂਗ ਰੇਡੀਏਸ਼ਨ। ਇੱਕ ਸੈਕਿੰਡ ਕੇ ਲੀਏ ਵੀ ਅਗਰ ਬੱਚੇ ਜਾਂ ਕੋਈ ਔਰ ਵੀ ਇਸਕੋ ਦੇਖ ਲੇਗਾ ਤੋ ਯੇ ਮੈਕੁਲਾ ਕੋ ਬਰਨ ਕਰ ਦੇਗਾ। ਨਾਓ ਵਾਟ ਇਜ਼ ਅ ਮੈਕੁਲਾ? ਰੈਟਿਨਾ ਕੇ ਅੰਦਰ ਜੋ ਸਬਸੇ ਸੈਂਸਿਟਿਵ ਏਰੀਆ ਹੈ ਉਸਕੋ ਮੈਕੁਲਾ ਬੋਲਤੇ ਹੈ। ਯੇ ਰੇਡੀਏਸ਼ਨ ਜਬ ਮੈਕੁਲਾ ਪੇ ਪੜੇਗੀ ਤੋ ਉਸਕੋ ਲਾਈਫ ਲੌਂਗ ਮੈਕੁਲਰ ਬਰਨ ਕਰ ਦੇਗੀ। ਸੋ ਅਗਰ ਕੋਸ਼ਿਸ਼ ਇਹ ਰਹਿਣੀ ਚਾਹੀਏ ਕਿ ਬੱਚੋਂ ਕੋ ਬਾਹਰ ਨਹੀਂ ਜਾਣਾ ਚਾਹੀਏ, ਐਬਸੋਲੂਟਲੀ ਫਰੋਮ 9 AM ਇਨ ਦ ਮੋਰਨਿੰਗ ਟੂਲ ਅਰਾਊਂਡ 3 PM, ਸੁਬੇ 9 ਸੇ 3 ਵਜੇ ਤੱਕ। ਅਗਰ ਆਪ ਲੋਕੋਂ ਕੋ ਵੀ ਹਮੇ ਵੀ ਕਿਸੀ ਕੋ ਵੀ ਬਾਹਰ ਜਾਣਾ ਹੈ ਤੋ ਏਕ ਤੋ ਸਨਸਕ੍ਰੀਨ ਜ਼ਰੂਰ ਲਗਾਈਏ, ਕੀਪ ਯੋਰ ਬੋਡੀ ਕਵਰਡ ਐਂਡ UV ਪ੍ਰੋਟੈਕਸ਼ਨ ਗੋਗਲ ਜ਼ਰੂਰ ਡਾਲੀਏ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਬਿਕੋਜ ਵੀ ਡੂ ਕੀਪ ਗੈਟਿੰਗ ਪੇਸ਼ੈਂਟਸ ਜੋ ਆਪ ਹੀ ਖੁਦ ਹਿਸਟਰੀ ਦੇਤੇ ਹੈ ਕਿ ਜੀ ਸੂਰਜ ਗ੍ਰਹਿਣ ਦੇਖਾ ਥਾ ਔਰ ਉਸਕੇ ਬਾਅਦ ਸੇ ਹਮੇ ਇੱਕ ਬਲੈਕ ਸਪੋਟ ਵਿਜ਼ਨ ਮੇ ਦਿਖ ਰਹਾ ਹੈ ਐਂਡ ਦ ਵਿਜ਼ਨ ਇਜ਼ ਨੈਵਰ ਦ ਸੇਮ ਅਗੇਨ, ਨੀਦਰ ਕੈਨ ਐਨੀਬਡੀ ਟ੍ਰੀਟ ਇਟ। ਉਮੀਦ ਹੈ ਡਾਕਟਰ ਆਈਪੀ ਸਿੰਘ ਦੀ ਇਸ ਵੀਡੀਓ ਨੂੰ ਤੁਸੀਂ ਗੌਰ ਦੇ ਨਾਲ ਸੁਣਿਆ ਹੋਵੇਗਾ ਅਤੇ ਦਿੱਤੀ ਗਈ ਜਾਣਕਾਰੀ ਵੀ ਤੁਹਾਨੂੰ ਚੰਗੀ ਜ਼ਰੂਰ ਲੱਗੀ ਹੋਵੇਗੀ। ਜੇਕਰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੱਧੋ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਸੀਂ ਅਤੇ ਤੁਹਾਡੇ ਆਪਣੇ ਸੁਰੱਖਿਅਤ ਰਹਿ ਸਕਣ। ਨਾਲ ਇੱਕ ਗੱਲ ਹੋਰ, ਵਧੇਰੀ ਜਾਣਕਾਰੀ ਦੇ ਲਈ ਤੁਸੀਂ ਦ ਖਬਰਸਾਰ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਅਤੇ ਨਾਲੇ ਹੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫਿਲਹਾਲ ਇਹ ਨਹੀਂ, ਮੈਨੂੰ ਯਾਨੀ ਕਿ ਠਾਕੁਰ ਅਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।